ਗੁੱਡ ਮਾਰਨਿੰਗ, ਸਵਾਗਤ, ਅਭਿਨੰਦਨ, ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਿਸ਼ਨੂ ਗੁਪਤਾ ਆਪ ਸਭ ਦਾ ਇਸ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ। ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਜਾਣਾਂਗੇ ਕਿ ਤੁਹਾਡੀ ਰਾਸ਼ੀ ਅਨੁਸਾਰ ਅੱਜ ਦਾ ਰਾਸ਼ੀਫਲ ਕੀ ਕਹਿੰਦਾ ਹੈ, ਲੱਕੀ ਕਲਰ ਕਿਹੜਾ ਹੈ, ਲੱਕੀ ਨੰਬਰ ਕੀ ਹੈ, ਸਾਵਧਾਨੀ ਕੀ ਵਰਤਣੀ ਹੈ ਅਤੇ ਸਮੱਸਿਆ ਦਾ ਸਮਾਧਾਨ ਕੀ ਹੈ, ਇਸ ਉੱਤੇ ਅਸੀਂ ਚਰਚਾ ਕਰਾਂਗੇ। ਪ੍ਰੋਗਰਾਮ ਵਿੱਚ ਅੱਗੇ ਤੁਹਾਡੇ ਪੁੱਛੇ ਗਏ ਸਵਾਲ ਦਾ ਅਸੀਂ ਜਵਾਬ ਵੀ ਦੇਵਾਂਗੇ। ਆਓ ਸ਼ੁਰੂ ਕਰਦੇ ਹਾਂ ਪਹਿਲੀ ਰਾਸ਼ੀ ਏਰੀਜ਼ ਯਾਨੀ ਮੇਸ਼ ਤੋਂ। ਮੇਸ਼ ਰਾਸ਼ੀ ਦੇ ਜਾਤਕਾਂ ਦਾ ਭਾਗਯ ਅੱਜ ਤੁਹਾਡਾ ਸਾਥ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਸਹਿ ਕਰਮਚਾਰੀਆਂ ਨਾਲ ਤਾਲਮੇਲ ਤੁਹਾਡਾ ਬੜਾ ਵਧੀਆ ਬਣਿਆ ਰਹੇਗਾ ਅਤੇ ਇਹ ਵਧੀਆ ਤਾਲਮੇਲ ਦੇ ਚਲਦੇ ਤੁਹਾਨੂੰ ਕੋਈ ਨਾ ਕੋਈ ਲਾਭ ਵੀ ਪ੍ਰਾਪਤ ਹੋਏਗਾ। ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਹੁਣ ਸ਼ੁਰੂ ਹੁੰਦੇ ਹੋਏ ਨਜ਼ਰ ਆ ਰਹੇ ਨੇ ਅਤੇ ਜੀਵਨ ਵਿੱਚ ਆਉਣ ਵਾਲੀ ਪਰੇਸ਼ਾਨੀਆਂ ਤੋਂ ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਅੱਜ ਜ਼ਰੂਰ ਮਿਲੇਗਾ। ਅੱਜ ਉਪਾਅ ਕੀ ਕਰਨਾ ਹੈ ਕਿ ਇੱਕ ਲਾਲ ਰੰਗ ਦਾ ਪੈੱਨ ਆਪਣੇ ਨਾਲ ਰੱਖਣਾ ਹੈ। ਲੱਕੀ ਕਲਰ ਹੈ ਵਾਈਟ ਐਂਡ ਲੱਕੀ ਨੰਬਰ ਇਸ 2। ਟੋਰਸ ਯਾਨੀ ਵ੍ਰਿਸ਼ਭ ਰਾਸ਼ੀ। ਮਾਤਾ ਪਿਤਾ ਦਾ ਸਹਿਯੋਗ ਤੁਸੀਂ ਅੱਜ ਪ੍ਰਾਪਤ ਕਰੋਗੇ ਅਤੇ ਉਹਨਾਂ ਦੇ ਆਸ਼ੀਰਵਾਦ ਨਾਲ ਤੁਹਾਡੇ ਸਾਰੇ ਰੁਕੇ ਹੋਏ ਕੰਮ ਬਣਦੇ ਹੋਏ ਨਜ਼ਰ ਆ ਰਹੇ ਆ। ਉਹਨਾਂ ਦਾ ਆਸ਼ੀਰਵਾਦ ਤੁਹਾਡੇ ਲਈ ਅੱਜ ਬਹੁਤ ਲਾਭਕਾਰੀ ਸਿੱਧ ਹੋਏਗਾ। ਪੁਰਾਣੀ ਕੀਤੀ ਹੋਈ ਮਿਹਨਤ ਵੀ ਅੱਜ ਰੰਗ ਲਿਆਏਗੀ ਅਤੇ ਆਪਣੇ ਲਈ ਅੱਜ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ। ਤੁਸੀਂ ਮੈਡੀਟੇਟ ਕਰੋ, ਆਪਣੇ ਆਸ ਪਾਸ ਦੇ ਵਾਤਾਵਰਣ ਨੂੰ ਸ਼ਾਂਤ ਰੱਖੋ ਅਤੇ ਆਪਣੇ ਮਨ ਨੂੰ ਵੀ ਥੋੜ੍ਹਾ ਜਿਹਾ ਕਾਮ ਡਾਊਨ ਕਰਨ ਦੀ ਜ਼ਰੂਰਤ ਆ। ਤੁਹਾਨੂੰ ਆਪਣੇ ਪ੍ਰਤਿਭਾ 'ਤੇ ਕੰਮ ਕਰਨ ਦਾ ਮੌਕਾ ਮਿਲੇਗਾ ਜਿਹਦੇ ਨਾਲ ਤੁਸੀਂ ਆਪਣੀ ਸਕਿੱਲ ਨੂੰ ਵਧਾ ਪਾਓਗੇ। ਅੱਜ ਦਾ ਉਪਾਅ, ਧਾਰਮਿਕ ਸਥਾਨ 'ਤੇ ਜੋਤ ਵਿੱਚ ਘਿਓ ਅੱਜ ਤੁਸੀਂ ਜ਼ਰੂਰ ਪਾਉਣਾ ਹੈ। ਲੱਕੀ ਕਲਰ ਹੈ ਕੋਪਰ ਐਂਡ ਲੱਕੀ ਨੰਬਰ ਇਸ 24। ਜੈਮਨੀ ਯਾਨੀ ਮਿਥੁਨ ਰਾਸ਼ੀ। ਅੱਜ ਤੁਹਾਨੂੰ ਕਿਸੇ ਸਮਾਜਿਕ ਕਾਰਜਕ੍ਰਮ ਵਿੱਚ ਹਿੱਸਾ ਲੈਣ ਦਾ ਨਿਯੋਤਾ ਆ ਸਕਦਾ ਹੈ ਜਾਂ ਮੌਕਾ ਮਿਲ ਸਕਦਾ ਹੈ। ਇਸ ਮੌਕੇ ਨੂੰ ਖੁੰਝਣਾ ਨਹੀਂ ਹੈ, ਤੁਸੀਂ ਇਸ ਕਾਰਜਕ੍ਰਮ ਵਿੱਚ ਜ਼ਰੂਰ ਜਾਣਾ ਹੈ, ਤੁਹਾਡਾ ਮਾਨ ਸਨਮਾਨ ਵਧੇਗਾ। ਸੰਗੀਤ ਅਤੇ ਕਲਾ ਦੇ ਪ੍ਰਤੀ ਤੁਹਾਡਾ ਇੰਟਰਸਟ, ਤੁਹਾਡੀ ਰੁਚੀ ਵੱਧ ਸਕਦੀ ਹੈ। ਆਪਣੀ ਸਿਹਤ ਵੱਲ ਧਿਆਨ ਦੇਣ ਦੀ ਖਾਸ ਜ਼ਰੂਰਤ ਹੈ ਅਤੇ ਡਾਕਟਰੀ ਸਲਾਹ ਜਿਸ ਤਰੀਕੇ ਨਾਲ ਦਿੱਤੀ ਗਈ ਹੈ ਉਸੇ ਤਰੀਕੇ ਨਾਲ ਚੱਲਣਾ ਹੈ, ਆਪਣੀ ਮਨਮਰਜ਼ੀ ਨਹੀਂ ਕਰਨੀ। ਅੱਜ ਉਪਾਅ ਕੀ ਕਰਨਾ ਹੈ ਕਿ ਤਾਂਬੇ ਦੇ ਬਰਤਨ ਵਿੱਚ ਪਾਣੀ ਅਤੇ ਸਿੰਦੂਰ ਮਿਲਾ ਕੇ ਤੁਸੀਂ ਤੁਲਸੀ ਨੂੰ ਦੇਣਾ ਹੈ। ਲੱਕੀ ਕਲਰ ਹੈ ਟਰਕੁਆਇਜ਼ ਐਂਡ ਲੱਕੀ ਨੰਬਰ ਇਸ 14। ਕੈਂਸਰ ਯਾਨੀ ਕਰਕ ਰਾਸ਼ੀ। ਕਰਕ ਰਾਸ਼ੀ ਦੇ ਜਾਤਕ ਢਈਏ ਤੋਂ ਗੁਜ਼ਰ ਰਹੇ ਨੇ ਜਿਸ ਕਾਰਨ ਹਰ ਚੀਜ਼ ਵਿੱਚ ਥੋੜ੍ਹੀ ਥੋੜ੍ਹੀ ਅੜਚਨ ਆ ਰਹੀ ਹੈ। ਤੁਸੀਂ ਅੱਜ ਆਪਣੇ ਪ੍ਰਸ਼ੰਸਾ ਦੇ ਪਾਤਰ ਬਣ ਪਾਓਗੇ ਕਿਉਂਕਿ ਇਹ ਜਿਹੜੀਆਂ ਰੁਕਾਵਟਾਂ ਨੇ ਇਹਨਾਂ ਨੂੰ ਤੁਸੀਂ ਹੱਲ ਕਰਨ ਵਿੱਚ ਆਪਣੀ ਸੂਝਬੂਝ ਦਾ ਪੂਰਾ ਇਸਤੇਮਾਲ ਕਰੋਗੇ। ਸਮਾਜਿਕ ਮੇਲਜੋਲ ਵੀ ਤੁਹਾਡਾ ਵਧੇਗਾ ਅਤੇ ਲੋਕਾਂ ਨੂੰ ਕੀਤੇ ਗਏ ਵਾਅਦੇ ਅੱਜ ਤੁਸੀਂ ਜ਼ਰੂਰ ਪੂਰੇ ਕਰਨੇ ਨੇ। ਕੋਈ ਵੀ ਅਜਿਹਾ ਵਾਅਦਾ, ਕੋਈ ਵੀ ਅਜਿਹਾ ਪ੍ਰੋਮਿਸ ਕਿਸੇ ਨਾਲ ਨਹੀਂ ਕਰਨਾ ਜੋ ਤੁਸੀਂ ਪੂਰਾ ਨਹੀਂ ਕਰ ਸਕਦੇ। ਅੱਜ ਤੁਹਾਡਾ ਖਰਚ ਆਮਦਨ ਤੋਂ ਵੱਧ ਰਹੇਗਾ ਅਤੇ ਲੋੜ ਅਨੁਸਾਰ ਹੀ ਖਰਚਾ ਕਰੋ। ਉਪਾਅ ਕੀ ਕਰਨਾ ਹੈ ਕਿ ਮੂੰਗੀ ਸਾਬੁਤ ਤੁਸੀਂ ਪੰਛੀਆਂ ਨੂੰ ਪਾਣੀ ਹੈ। ਲੱਕੀ ਕਲਰ ਇਜ਼ ਬਲੂ, ਲੱਕੀ ਨੰਬਰ ਇਜ਼ 6। ਲੀਓ ਯਾਨੀ ਸਿੰਘ ਰਾਸ਼ੀ। ਕੋਈ ਵੱਡਾ ਫੈਸਲਾ ਅੱਜ ਤੁਹਾਡੇ ਪੱਖ ਵਿੱਚ ਆ ਸਕਦਾ ਹੈ। ਨਵੇਂ ਦੋਸਤਾਂ ਨਾਲ ਦੋਸਤੀ ਵਧੇਗੀ ਅਤੇ ਜਿਸ ਕਾਰਨ ਇਕੱਲਾਪਨ ਜਿਹੜਾ ਤੁਸੀਂ ਮਹਿਸੂਸ ਕਰ ਰਹੇ ਸੀਗੇ ਕਾਫੀ ਟਾਈਮ ਤੋਂ, ਉਹ ਦੂਰ ਹੁੰਦਾ ਹੋਇਆ ਨਜ਼ਰ ਆ ਰਿਹਾ। ਕਰੀਅਰ ਵਿੱਚ ਕੋਈ ਚੇਂਜ, ਕੋਈ ਬਦਲਾਵ
ਕਰਨ ਦਾ ਤੁਸੀਂ ਅੱਜ ਮਨ ਬਣਾ ਸਕਦੇ ਹੋ ਅਤੇ ਜੇਕਰ ਕੋਈ ਖਰੀਦਦਾਰੀ ਕਰਨੀ ਹੈ ਸੋਚ ਸਮਝ ਕੇ ਕਰਨੀ ਹੈ, ਵਰਨਾ ਜ਼ਰੂਰਤ ਤੋਂ ਜ਼ਿਆਦਾ ਖਰਚਾ ਹੋ ਸਕਦਾ ਹੈ ਜਾਂ ਕੋਈ ਨੁਕਸਾਨ ਹੋ ਸਕਦਾ ਹੈ। ਅੱਜ ਦਾ ਉਪਾਅ, ਇੱਕ ਸੁੱਕੇ ਨਾਰੀਅਲ ਨੂੰ ਮੌਲੀ ਨਾਲ ਲਪੇਟ ਕੇ ਕਿਸੇ ਧਾਰਮਿਕ ਸਥਾਨ 'ਤੇ ਦਾਨ ਦੇ ਦਿਓ। ਲੱਕੀ ਕਲਰ ਇਜ਼ ਸੈਫਰਨ, ਲੱਕੀ ਨੰਬਰ ਇਜ਼ 25। ਵਰਗੋ ਯਾਨੀ ਕੰਨਿਆ ਰਾਸ਼ੀ, ਅੱਜ ਤੁਹਾਨੂੰ ਪਰਿਵਾਰ ਤੋਂ ਬਹੁਤ ਸਾਰੀ ਖੁਸ਼ੀਆਂ ਮਿਲਣ ਦੀ ਸੰਭਾਵਨਾ ਹੈ। ਤੁਸੀਂ ਕੋਈ ਅੱਜ ਸਟ੍ਰੈਸ ਨਹੀਂ ਲੈਣਾ, ਸਟ੍ਰੈਸ ਵਿੱਚ ਆ ਕੇ ਕੋਈ ਕੰਮ ਨਹੀਂ ਕਰਨਾ, ਨਹੀਂ ਤਾਂ ਸਟ੍ਰੈਸ ਵਿੱਚ ਕੀਤਾ ਹੋਇਆ ਕੰਮ ਗਲਤ ਹੋ ਸਕਦਾ ਹੈ, ਕੋਈ ਗਲਤੀ ਹੋ ਸਕਦੀ ਹੈ, ਕੋਈ ਅਣਗਹਿਲੀ ਹੋ ਸਕਦੀ ਹੈ। ਪ੍ਰੋਪਰਟੀ ਲੈਣ ਲਈ, ਵੇਚਣ ਲਈ ਅੱਜ ਦਾ ਦਿਨ ਸ਼ੁਭ ਹੈ ਅਤੇ ਜੀਵਨ ਵਿੱਚ ਨਵੇਂ ਰਾਹ ਖੁੱਲ੍ਹਦੇ ਹੋਏ ਨਜ਼ਰ ਆ ਰਹੇ ਹੈ। ਉਪਾਅ ਕੀ ਕਰਨਾ ਹੈ ਕਿ ਕਾਗਜ਼ 'ਤੇ ਆਪਣੀ ਇੱਛਾ ਇੱਕ ਨੀਲੀ ਸਿਆਹੀ ਨਾਲ ਲਿਖ ਕੇ ਤੁਸੀਂ ਘਰ ਦੇ ਪੱਛਮ ਦਿਸ਼ਾ ਵਿੱਚ ਰੱਖ ਦੇਣੀ ਹੈ। ਲੱਕੀ ਕਲਰ ਤੁਹਾਡੇ ਲਈ ਹੈ ਗ੍ਰੀਨ ਐਂਡ ਲੱਕੀ ਨੰਬਰ ਇਜ਼ 8। ਪਿਆਰੇ ਦਰਸ਼ਕੋਂ, ਜੇਕਰ ਤੁਹਾਡੇ ਮਨ ਵਿੱਚ ਜੋਤਿਸ਼, ਵਾਸਤੂ ਜਾਂ ਅੰਕ ਸ਼ਾਸਤਰ ਨੂੰ ਲੈ ਕੇ ਕੋਈ ਜਿਗਿਆਸਾ ਹੈ, ਤੁਸੀਂ ਇਹ ਵਿੱਦਿਆ ਨੂੰ ਸਿੱਖ ਕੇ ਆਪਣੇ ਜੀਵਨ ਨੂੰ ਚੰਗੇ ਪੱਧਰ ਉੱਤੇ ਲੈ ਕੇ ਜਾਣਾ ਚਾਹੁੰਦੇ ਹੋ ਜਾਂ ਦੇਸ਼ ਵਿਦੇਸ਼ ਜਾਣਾ ਚਾਹੁੰਦੇ ਹੋ, ਮਨ ਵਿੱਚ ਆਪਣੇ ਬੱਚੇ ਨੂੰ ਲੈ ਕੇ, ਬੱਚੇ ਦੇ ਕਰੀਅਰ ਨੂੰ ਲੈ ਕੇ, ਉਹਦੀ ਵਿਦੇਸ਼ ਯਾਤਰਾ ਨੂੰ ਲੈ ਕੇ, ਸ਼ਾਦੀ ਵਿਆਹ ਨੂੰ ਲੈ ਕੇ ਕੋਈ ਚਿੰਤਾ ਹੈ, ਕੋਈ ਸਵਾਲ ਹੈ, ਜਾਂ ਸ਼ਾਦੀ ਵਿਆਹ ਤੋਂ ਬਾਅਦ ਬੱਚਾ ਹੋਣ ਵਿੱਚ ਕੋਈ ਦਿੱਕਤ ਹੈ, ਤੁਸੀਂ ਆਪਣਾ ਘਰ, ਆਪਣਾ ਆਫਿਸ, ਆਪਣੀ ਦੁਕਾਨ, ਆਪਣੀ ਫੈਕਟਰੀ ਵਾਸਤੂ ਦੇ ਅਨੁਸਾਰ ਬਣਾਉਣਾ ਚਾਹੁੰਦੇ ਹੋ ਜਾਂ ਕੋਈ ਵਾਸਤੂ ਦੋਸ਼ ਬਾਰੇ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣਾ ਨਾਮ, ਆਪਣੀ ਡੇਟ ਆਫ ਬਰਥ, ਟਾਈਮ ਆਫ ਬਰਥ ਅਤੇ ਪਲੇਸ ਆਫ ਬਰਥ ਸਾਨੂੰ ਥੱਲੇ ਦਿੱਤੇ ਗਏ ਨੰਬਰ 'ਤੇ ਭੇਜੋ, ਅਸੀਂ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਜ਼ਰੂਰ ਕਰਾਂਗੇ। ਅੱਜ ਜੋ ਸਵਾਲ ਕੀਤਾ ਹੈ ਉਹ ਅਨੁਜ ਜੀ ਨੇ ਜੀਂਦ ਯਾਨੀ ਹਰਿਆਣਾ ਤੋਂ ਸਵਾਲ ਕੀਤਾ ਹੈ ਕਿ ਉਹਨਾਂ ਦਾ ਬਿਜ਼ਨਸ ਠੀਕ ਨਹੀਂ ਚੱਲ ਰਿਹਾ, ਕੀ ਉਪਾਅ ਕੀਤਾ ਜਾਏ। ਅਨੁਜ ਜੀ, ਤੁਹਾਡੀ ਕੁੰਡਲੀ ਕੰਨਿਆ ਲਗਨ ਦੀ ਕੁੰਡਲੀ ਹੈ, ਮੀਨ ਤੁਹਾਡੀ ਰਾਸ਼ੀ ਹੈ, ਗੁਰੂ ਅਤੇ ਰਾਹੂ ਇਕੱਠੇ 12ਵੇਂ ਘਰ ਵਿੱਚ ਗੁਰੂ ਚੰਡਾਲ ਯੋਗ ਬਣਾ ਰਹੇ ਨੇ ਅਤੇ ਸ਼ਨੀ ਸੂਰਜ ਦੀ ਯੁਤੀ ਤੁਹਾਡੀ ਕੁੰਡਲੀ ਵਿੱਚ ਪਿੱਤਰ ਦੋਸ਼ ਦਾ ਨਿਰਮਾਣ ਕਰ ਰਹੀ ਹੈ ਜੋ ਬਾਰ ਬਾਰ ਅੜਚਨਾ ਦਾ ਕਾਰਨ ਬਣਦੀ ਹੈ। ਜੀਵਨ ਵਿੱਚ ਇਨਸਾਨ ਉਹ ਮੁਕਾਮ ਹਾਸਿਲ ਨਹੀਂ ਕਰ ਪਾਉਂਦਾ ਜਿਹਦਾ ਉਹ ਹੱਕਦਾਰ ਹੈ, ਮਿਹਨਤ ਦਾ ਉਨਾ ਫਲ ਨਹੀਂ ਮਿਲਦਾ, ਸੁਸਾਇਟੀ ਵਿੱਚ ਵੀ ਲੋਕਾਂ ਦੀ ਸਾਰੀ ਮਦਦ ਕਰਨ ਤੋਂ ਬਾਵਜੂਦ ਤੁਹਾਨੂੰ ਉਹ ਰਿਸਪੈਕਟ ਨਹੀਂ ਮਿਲ ਪਾਉਂਦੀ ਜਿਹਦੇ ਤੁਸੀਂ ਹੱਕਦਾਰ ਹੋ, ਕੀ ਉਪਾਅ ਕੀਤਾ ਜਾਏ। ਬੁੱਧਵਾਰ ਤੁਸੀਂ 6 ਗਰੀਬ ਲੋਕਾਂ ਨੂੰ ਭੋਜਨ ਕਰਵਾਉਣਾ ਹੈ ਅਤੇ 6.5 ਰੱਤੀ ਦਾ ਪੰਨਾ ਤੁਸੀਂ ਚਾਂਦੀ ਵਿੱਚ ਬਣਵਾ ਕੇ ਚੀਚੀ ਉਂਗਲ ਵਿੱਚ ਸੱਜੇ ਹੱਥ ਦੀ ਤੁਸੀਂ ਬੁੱਧਵਾਰ ਦੇ ਦਿਨ ਧਾਰਨ ਕਰੋ, ਤੁਹਾਡੇ ਬਿਜ਼ਨਸ ਵਿੱਚ ਆ ਰਹੀ ਅੜਚਨਾ ਦੂਰ ਹੋ ਜਾਣਗੀਆਂ। ਹੁਣ ਗੱਲ ਕਰਦੇ ਹਾਂ ਲਿਬਰਾ ਯਾਨੀ ਤੁਲਾ ਰਾਸ਼ੀ ਬਾਰੇ। ਪਰਿਵਾਰ ਵਿੱਚ ਕੋਈ ਸ਼ੁਭ ਕਾਰਜ ਤੁਹਾਡੇ ਹੋਣ ਵਾਲਾ ਹੈ, ਕੋਈ ਨਾ ਕੋਈ ਸ਼ੁਭ ਸੰਕੇਤ ਤੁਹਾਨੂੰ ਜ਼ਰੂਰ ਮਿਲੇਗਾ, ਆਪਣੇ ਹੁਨਰ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਮੌਕਾ ਤੁਹਾਨੂੰ ਮਿਲੇਗਾ ਅੱਜ, ਅਤੇ ਆਫਿਸ ਵਿੱਚ ਅੱਜ ਹੋ ਸਕਦਾ ਹੈ ਐਕਸਟਰਾ ਬੋਝ, ਐਕਸਟਰਾ ਕੰਮ ਤੁਹਾਡੇ ਕੰਧਿਆਂ 'ਤੇ ਲਾਦ ਦਿੱਤਾ ਜਾਏ ਜਿਸ ਕਾਰਨ ਤੁਹਾਨੂੰ ਓਵਰਟਾਈਮ ਕਰਨਾ ਪੈ ਸਕਦਾ ਹੈ। ਕੋਈ ਐਸੀ ਕਮਿਟਮੈਂਟ ਜੋ ਤੁਸੀਂ ਪੂਰੀ ਨਹੀਂ ਕਰ ਸਕਦੇ, ਨਿਭਾ ਨਹੀਂ ਸਕਦੇ, ਅੱਜ ਦਾ ਦਿਨ ਐਸੀ ਕਮਿਟਮੈਂਟ ਨਹੀਂ ਕਰਨੀ। ਉਪਾਅ ਕੀ ਕਰਨਾ ਹੈ ਕਿ ਕਿੱਕਰ ਦੇ ਪੇੜ ਥੱਲੇ ਥੋੜ੍ਹਾ ਜਿਹਾ ਭੋਜਨ ਅਤੇ ਮਿਸ਼ਠਾਨ ਤੁਸੀਂ ਛੱਡ ਕੇ ਆਉਣਾ ਹੈ। ਲੱਕੀ ਕਲਰ ਹੈ ਬਰਾਊਨ ਐਂਡ ਲੱਕੀ ਨੰਬਰ ਇਜ਼ 15। ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ, ਪੈਂਡਿੰਗ ਕੰਮ ਸਾਰੇ ਤੁਹਾਡੇ ਅੱਜ ਪੂਰੇ ਹੁੰਦੇ ਹੋਏ ਨਜ਼ਰ ਆ ਰਹੇ ਹੈ, ਤੁਸੀਂ ਰਿਲੈਕਸ ਮਹਿਸੂਸ ਕਰੋਗੇ, ਜੀਵਨ ਵਿੱਚ ਅੱਗੇ ਵਧਣ ਦੇ ਅਵਸਰ ਤੁਹਾਨੂੰ ਅੱਜ ਪ੍ਰਾਪਤ ਹੋਣਗੇ,
ਤੁਸੀਂ ਕੋਈ ਨਵੀਂ ਰਾਹ ਜੇ ਤਲਾਸ਼ ਰਹੇ ਹੋ, ਤਲਾਸ਼ ਤੁਹਾਡੀ ਪੂਰੀ ਹੋ ਸਕਦੀ ਹੈ ਅਤੇ ਜੀਵਨ ਸਾਥੀ ਦੀ ਤਲਾਸ਼ ਵੀ ਅੱਜ ਤੁਹਾਡੀ ਪੂਰੀ ਹੋ ਸਕਦੀ ਹੈ। ਜੇਕਰ ਤੁਸੀਂ ਸ਼ਾਦੀ ਲਈ ਕੋਈ ਵਰ ਜਾਂ ਵਧੂ ਲੱਭ ਰਹੇ ਹੋ, ਕਿਤੇ ਨਾ ਕਿਤੇ ਤੁਹਾਡਾ ਰਿਸ਼ਤਾ ਅੱਜ ਪੱਕਾ ਹੋ ਸਕਦਾ ਹੈ। ਘੁੰਮਣ ਫਿਰਨ ਵਿੱਚ ਅੱਜ ਦਾ ਦਿਨ ਜ਼ਿਆਦਾ ਤੁਸੀਂ ਵੇਸਟ ਨਾ ਕਰੋ, ਆਪਣੇ ਆਪ 'ਤੇ ਫੋਕਸ ਕਰਕੇ ਚਲੋ। ਉਪਾਅ ਕੀ ਕਰਨਾ ਹੈ, ਇੱਕ ਹਰੀ ਡੋਰੀ ਲੈਣੀ ਹੈ, ਉਹਨੂੰ 5 ਗੰਢਾਂ ਲਗਾ ਕੇ ਤੁਸੀਂ ਆਪਣੇ ਗਲ ਵਿੱਚ ਧਾਰਨ ਕਰੋ। ਲੱਕੀ ਕਲਰ ਹੈ ਯੈਲੋ ਐਂਡ ਲੱਕੀ ਨੰਬਰ ਇਸ 2। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ, ਦਿਨ ਦੀ ਸ਼ੁਰੂਆਤ ਅੱਜ ਤੁਹਾਡੀ ਇੱਕ ਸ਼ੁਭ ਸਮਾਚਾਰ ਨਾਲ ਹੋ ਸਕਦੀ ਹੈ। ਜੀਵਨ ਦਾ ਬਹਾਵ ਅਚਾਨਕ ਤੇਜ਼ ਹੋ ਸਕਦਾ ਹੈ, ਤੁਹਾਡੇ ਸਾਰੇ ਕੰਮ ਜਿਹੜੇ ਰੁਕੇ ਹੋਏ ਸੀਗੇ ਉਹ ਬਣਨੇ ਸ਼ੁਰੂ ਹੋ ਜਾਣਗੇ ਅਤੇ ਨਿਵੇਸ਼ ਅਤੇ ਬੱਚਤ ਦੀ ਜੇਕਰ ਕੋਈ ਯੋਜਨਾ ਤੁਸੀਂ ਬਣਾਈ ਹੋਈ ਹੈ ਉਹ ਯੋਜਨਾ ਤੁਹਾਡੀ ਸਫਲ ਹੁੰਦੀ ਹੋਈ ਤੁਹਾਨੂੰ ਨਜ਼ਰ ਆਏਗੀ। ਅੱਜ ਟਾਈਮ ਨਾਲ ਤੁਹਾਡੇ ਸਾਰੇ ਕੰਮ ਪੂਰੇ ਹੋ ਜਾਣਗੇ ਅਤੇ ਸ਼ਾਮ ਨੂੰ ਤੁਸੀਂ ਆਪਣੇ ਪਰਿਵਾਰ ਨਾਲ ਅੱਜ ਸਮਾਂ ਬਿਤਾ ਪਾਓਗੇ। ਉਪਾਅ ਕੀ ਕਰਨਾ ਹੈ, ਘਰ ਦੀ ਪੱਛਮ ਦਿਸ਼ਾ ਵਿੱਚ ਯਾਨੀ ਕਿ ਵੈਸਟ ਵਿੱਚ ਥੋੜ੍ਹਾ ਜਿਹਾ ਕਪੂਰ ਤੁਸੀਂ ਜਲਾਉਣਾ ਹੈ। ਲੱਕੀ ਕਲਰ ਇਜ਼ ਰੈੱਡ ਐਂਡ ਲੱਕੀ ਨੰਬਰ ਇਜ਼ 7। ਕੇਪਰੀਕੋਨ ਯਾਨੀ ਮਕਰ ਰਾਸ਼ੀ, ਆਮਦਨੀ ਦੇ ਵਧਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹੈ। ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆਵਾਂ ਦਾ ਹੱਲ ਹੋਣ ਦਾ ਵੀ ਟਾਈਮ ਹੈ ਅਤੇ ਕੋਈ ਨਾ ਕੋਈ ਸ਼ੁਭ ਚਿੰਨ੍ਹ ਤੁਹਾਨੂੰ ਅੱਜ ਨਜ਼ਰ ਆਏਗਾ। ਜੇਕਰ ਕਿਸੇ ਨਾਲ ਪਿਆਰ ਦਾ ਇਜ਼ਹਾਰ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਲਈ ਵੀ ਸਮਾਂ ਸ਼ੁਭ ਹੈ। ਸਾੜ ਸਤੀ ਦੇ ਚੱਲਦੇ ਆਪਣੇ ਅਤੇ ਆਪਣੀ ਮਾਤਾ ਜੀ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਹੈ। ਅੱਜ ਦਾ ਉਪਾਅ, ਮਹਾਂਮ੍ਰਿਤਯੁੰਜੇ ਮੰਤਰ ਦਾ ਜਾਪ ਤੁਸੀਂ ਰੋਜ਼ ਕਰੋ। ਲੱਕੀ ਕਲਰ ਹੈ ਮਰੂਨ ਐਂਡ ਲੱਕੀ ਨੰਬਰ ਇਜ਼ 18। ਐਕੁਏਰੀਅਸ ਯਾਨੀ ਕੁੰਭ ਰਾਸ਼ੀ, ਪੜ੍ਹਾਈ ਅਤੇ ਐਗਜ਼ਾਮਸ ਅਧਿਐਨ ਵਿੱਚ ਅੱਜ ਤੁਹਾਡਾ ਮਨ ਲੱਗੇਗਾ, ਤੁਹਾਡੀ ਰੁਚੀ ਵਧੇਗੀ, ਤੁਸੀਂ ਆਪਣੇ ਨੌਲੇਜ ਦੇ ਭੰਡਾਰ ਨੂੰ ਵਧਾਉਣ ਦੀ ਕੋਸ਼ਿਸ਼ ਕਰੋਗੇ। ਪ੍ਰਤੀਯੋਗਿਤਾ ਵਿੱਚ ਜਾਂ ਇੰਟਰਵਿਊ ਜੇਕਰ ਤੁਸੀਂ ਦੇ ਰਹੇ ਹੋ ਉਹਦੇ ਵਿੱਚ ਸਫਲਤਾ ਦੇ ਰਾਹ ਖੁੱਲ੍ਹਦੇ ਹੋਏ ਨਜ਼ਰ ਆ ਰਹੇ ਹੈ। ਜੀਵਨ ਵਿੱਚ ਸਥਿਰਤਾ ਆਉਂਦੀ ਹੋਈ ਨਜ਼ਰ ਆ ਰਹੀ ਹੈ। ਇਲੈਕਟ੍ਰੋਨਿਕ ਚੀਜ਼ਾਂ ਵੱਲ ਤੁਹਾਡਾ ਧਿਆਨ ਵੱਧ ਸਕਦਾ ਹੈ। ਕੋਈ ਨਵੀਂ ਪਰਚੇਸ ਤੁਸੀਂ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਬੇਲੋੜਾ ਖਰਚ ਨਹੀਂ ਕਰਨਾ, ਨਹੀਂ ਤਾਂ ਤੁਹਾਡੇ ਬਜਟ ਦਾ ਇਮਬੈਲੈਂਸ ਹੋ ਜਾਣਾ। ਅੱਜ ਦਾ ਉਪਾਅ, ਗੁੜ ਕਿਸੇ ਧਾਰਮਿਕ ਸਥਾਨ 'ਤੇ ਤੁਸੀਂ ਚੜਾ ਕੇ ਆਉਣਾ ਹੈ। ਲੱਕੀ ਕਲਰ ਹੈ ਗ੍ਰੇ ਐਂਡ ਲੱਕੀ ਨੰਬਰ ਇਸ 26। ਹੁਣ ਗੱਲ ਕਰਦੇ ਹਾਂ ਆਖਰੀ ਰਾਸ਼ੀ ਪਾਈਸਿਸ ਯਾਨੀ ਮੀਨ ਰਾਸ਼ੀ ਦੀ। ਕੋਈ ਨਵਾਂ ਕਾਰੋਬਾਰ ਜੇਕਰ ਤੁਸੀਂ ਸ਼ੁਰੂ ਕਰਨਾ ਹੈ ਸ਼ੁਰੂ ਕਰ ਸਕਦੇ ਹੋ, ਸਮਾਂ ਉਚਿਤ ਹੈ। ਯੋਜਨਾ ਵੀ ਕੋਈ ਨਾ ਕੋਈ ਤੁਹਾਡੇ ਮਨ ਵਿੱਚ ਜਿਹੜੀ ਚੱਲ ਰਹੀ ਹੈ ਕਾਰੋਬਾਰ ਨੂੰ ਲੈ ਕੇ ਉਹ ਸਫਲ ਹੋਏਗੀ। ਨਾਮ ਅਤੇ ਪ੍ਰਸਿੱਧੀ ਦੇ ਸ਼ੁਭ ਯੋਗ ਬਣਦੇ ਹੋਏ ਨਜ਼ਰ ਆ ਰਹੇ ਹੈ ਅਤੇ ਮਨ ਦੀ ਟੈਨਸ਼ਨ ਘਰੇਲੂ ਸਮੱਸਿਆ ਤੁਹਾਡੀ ਦੂਰ ਹੋਏਗੀ। ਪੈਸਾ ਜੋੜਨ ਲਈ ਅੱਜ ਦਾ ਦਿਨ ਬਹੁਤ ਸ਼ੁਭ ਹੈ। ਅੱਜ ਦਾ ਉਪਾਅ, ਹਲਦੀ ਦਾ ਤਿਲਕ ਤੁਸੀਂ ਲਗਾਉਣਾ ਹੈ। ਲੱਕੀ ਕਲਰ ਹੈ ਪਿੰਕ ਐਂਡ ਲੱਕੀ ਨੰਬਰ ਇਸ 2। ਪਿਆਰੇ ਦਰਸ਼ਕੋਂ, ਇਹ ਸੀ ਤੁਹਾਡਾ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਿਸ਼ਨੂੰ ਗੁਪਤਾ ਤੁਹਾਡੇ ਸਾਹਮਣੇ ਕੱਲ੍ਹ ਫਿਰ ਹਾਜ਼ਰ ਹੋਵਾਂਗਾ ਇਸੇ ਸਮੇਂ ਇਸੇ ਚੈਨਲ ਉੱਤੇ ਨਵੇਂ ਰਾਸ਼ੀਫਲ, ਨਵੇਂ ਉਪਾਅ, ਲੱਕੀ ਕਲਰ ਅਤੇ ਲੱਕੀ ਨੰਬਰ ਲੈ ਕੇ। ਅੱਜ ਲਈ ਮੈਨੂੰ ਇਜਾਜ਼ਤ ਦੇ ਦਿਓ। ਮੈਂ ਰੱਬ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਹਾਡਾ ਅੱਜ ਦਾ ਦਿਨ ਲੱਕੀ ਰਹੇ, ਸ਼ੁਭ ਰਹੇ, ਮੰਗਲਕਾਰੀ ਰਹੇ। ਨਮਸਕਾਰ, ਸਤਿ ਸ਼੍ਰੀ ਅਕਾਲ। Thank you.